ਮਿਸਟਰ ਜਸਮੀਤ ਜੀ ਕਹਿ ਰਹੇ ਨੇ 2 ਕਰੋੜ ਦਾਂਗੇ ਤੇ ਸ਼ਗਨ ਵੀ ਮਿਲੂਗਾ $1,000 ਦਾ। ਰਾਤਰੀ ਦਾ ਫੈਸਟੀਵਲ ਹੈ, ਸੋ ਅਸੀਂ ਸੋਚਿਆ ਕਿ ਕੁਛ ਵਧੀਆ ਕੀਤਾ ਜਾਏ ਬੱਚਿਆਂ ਲਈ, ਔਰ ਬੱਚੇ ਅੱਜ ਦੀ ਰੇਟ 'ਚ ਕਾਫੀ ਹਤਾਸ਼ ਵੀ ਬੈਠੇ ਨੇ, ਸੋਚ 'ਚ ਬੈਠੇ ਹੈ ਕਿ ਕੋਈ ਵੀ ਅੱਗੇ ਆ ਕੇ ਕੰਸਲਟੈਂਟ ਹੈਲਪ ਨਹੀਂ ਕਰ ਰਿਹਾ। ਲੋਕ ਵੀਡੀਓ ਦੇਖ ਕੇ ਕਹਿਣਗੇ ਕਿਸ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਲੈਂਡਮਾਰਕ ਵਾਲੇ, ਪੈਸਾ ਵਾਪਸ ਤਾਂ ਨਹੀਂ ਮੰਗ ਲਓਗੇ ਬਾਅਦ 'ਚ। ਪਰ ਜੋ ਅਸੀਂ ਕਿਹਾ ਉਹ ਕਰਕੇ ਦਿਖਾਇਆ। ਪਿੱਛੇ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਲੈਪਟਾਪ ਦਿੱਤੇ ਆਫਟਰ ਵੀਜ਼ਾ। ਲੈਂਡਮਾਰਕ ਇਮੀਗ੍ਰੇਸ਼ਨ ਕਹਿ ਰਿਹਾ ਹੈ, ਮਿਸਟਰ ਜਸਮੀਤ ਜੀ ਕਹਿ ਰਹੇ ਨੇ 2 ਕਰੋੜ ਦਾਂਗੇ ਤੇ ਸ਼ਗਨ ਵੀ ਮਿਲੂਗਾ $1,000 ਦਾ। ਵਾਕਈ ਇਹ ਸੱਚੀਆਂ ਗੱਲਾਂ? ਸੋ ਦੇਖੋ, ਲੈਂਡਮਾਰਕ ਇਮੀਗ੍ਰੇਸ਼ਨ ਨੂੰ ਪਿਛਲੇ 18 ਸਾਲ ਹੋ ਗਏ ਇਸ ਕੰਮ ਕਰਦਿਆਂ ਹੋਇਆਂ। ਸੋ ਨਵਰਾਤਰੀ ਦਾ ਫੈਸਟੀਵਲ ਹੈ, ਸੋ ਅਸੀਂ ਸੋਚਿਆ ਕਿ ਕੁਛ ਵਧੀਆ ਕੀਤਾ ਜਾਏ ਬੱਚਿਆਂ ਲਈ, ਔਰ ਬੱਚੇ ਅੱਜ ਦੀ ਰੇਟ 'ਚ ਕਾਫੀ ਹਤਾਸ਼ ਵੀ ਬੈਠੇ ਨੇ, ਸੋਚ 'ਚ ਬੈਠੇ ਹੈ ਕਿ ਕੋਈ ਵੀ ਅੱਗੇ ਆ ਕੇ ਕੰਸਲਟੈਂਟ ਹੈਲਪ ਨਹੀਂ ਕਰ ਰਿਹਾ। ਸੋ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਹਰ ਬੱਚੇ ਨੂੰ ਔਨ ਵੀਜ਼ਾ $1,000 ਦਿੱਤਾ ਜਾਏਗਾ, ਐਂਡ ਇਹ ਅਮਾਊਂਟਿੰਗ ਟੂ 2 ਕਰੋੜ ਰੁਪੀਜ਼ ਅਸੀਂ ਹਰ ਬੱਚਿਆਂ ਤੱਕ ਡਿਸਟ੍ਰੀਬਿਊਟ ਕਰਾਂਗੇ ਜੇ ਤੁਸੀਂ ਕੈਨੇਡਾ ਔਰ ਯੂਕੇ ਦਾ ਵੀਜ਼ਾ ਫੋਰ ਜਨਵਰੀ ਇਨਟੇਕ ਅਪਲਾਈ ਕਰੋਗੇ। ਸੋ ਇਹ ਉਪਰਾਲਾ ਕੋਈ ਹੋਰ ਕਰ ਨਹੀਂ ਸਕਦਾ, ਇਹ ਸਿਰਫ ਸਾਡੇ ਵੱਲੋਂ ਹੀ ਆਫਰ ਦਿੱਤੀ ਜਾ ਰਹੀ ਹੈ ਹਰ ਬੱਚੇ ਨੂੰ, ਔਰ ਦੀਵਾਲੀ ਤੱਕ ਇਹ ਆਫਰ ਕਾਇਮ ਰਹੇਗੀ। ਕੋਸ਼ਿਸ਼ ਇਹ ਹੈ ਕਿ ਦੀਵਾਲੀ ਤੱਕ ਬੱਚਿਆਂ ਦੇ ਵੀਜ਼ਾ ਵੀ ਅਪਰੂਵ ਹੋ ਜਾਣ। ਲੋਕ ਵੀਡੀਓ ਦੇਖ ਕੇ ਕਹਿਣਗੇ ਕਿਸ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਲੈਂਡਮਾਰਕ ਵਾਲੇ, ਪੈਸਾ ਵਾਪਸ ਤਾਂ ਨਹੀਂ ਮੰਗ ਲਓਗੇ ਬਾਅਦ 'ਚ। ਸੋ ਲੈਂਡਮਾਰਕ ਇਮੀਗ੍ਰੇਸ਼ਨ ਪਿਛਲੇ 18 ਸਾਲਾਂ ਤੋਂ ਜਿਵੇਂ ਕਿ ਮੈਂ ਕਿਹਾ ਸੀ ਕੰਮ ਕਰ ਰਹੇ ਹਾਂ, ਔਰ ਜੋ ਅਸੀਂ ਕਿਹਾ ਉਹ ਕਰਕੇ ਦਿਖਾਇਆ। ਪਿੱਛੇ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਲੈਪਟਾਪ ਦਿੱਤੇ ਆਫਟਰ ਵੀਜ਼ਾ, ਔਰ ਬੱਚਿਆਂ ਨੇ ਲੈਪਟਾਪ ਯੂਜ਼ ਕਰ ਰਹੇ ਨੇ ਬੱਚੇ ਕੈਨੇਡਾ ਜਾ ਕੇ। ਜਿਹੜੀ ਸਭ ਤੋਂ ਪਹਿਲੀ ਚੀਜ਼ ਚਾਹੀਦੀ ਬੱਚਿਆਂ ਨੂੰ ਉਹ ਲੈਪਟਾਪ ਚਾਹੀਦੀ ਹੈਗੀ, ਔਰ ਲੈਂਡਮਾਰਕ ਇਮੀਗ੍ਰੇਸ਼ਨ ਨੇ ਘੱਟੋ ਘੱਟ ਨਹੀਂ ਤਾਂ 600 ਬੱਚਿਆਂ ਨੂੰ ਲੈਪਟਾਪ ਵੰਡੇ ਹੈ। ਸੋ ਇਹ ਉਪਰਾਲਾ ਵੀ ਲੈਂਡਮਾਰਕ ਇਮੀਗ੍ਰੇਸ਼ਨ ਨੇ ਕੀਤਾ ਸੀ, ਔਰ ਆਹ ਉਪਰਾਲਾ ਵੀ ਕਰਨ ਲੱਗੇ ਹਾਂ। ਔਰ ਜਿਹੜੇ ਵੀ ਬੱਚੇ 3 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਹੁਣ ਅਪਲਾਈ ਕਰਨਗੇ ਨਵਰਾਤਰੀ ਵਿੱਚ, ਉਹਨਾਂ ਸਾਰੇ ਬੱਚਿਆਂ ਨੂੰ $1,000 ਔਨ ਵੀਜ਼ਾ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਦਿੱਤਾ ਜਾਏਗਾ। ਮੈਂ ਦੀਵਾਲੀ ਦਾ ਵੀ ਆਫਰ ਦੇ ਦਿੱਤਾ, ਪਲੀਜ਼ ਉਸ ਲਈ ਥੋੜ੍ਹਾ ਦੱਸ ਦਿਓ, ਦੀਵਾਲੀ ਵਾਲੇ ਵੀ ਆ ਜਾਣ। ਬਿਲਕੁਲ, ਸੋ ਹੱਲੇ ਤੱਕ 3 ਅਕਤੂਬਰ ਤੋਂ 12 ਅਕਤੂਬਰ ਤੱਕ ਹੈ, ਉਸ ਤੋਂ ਬਾਅਦ ਅਸੀਂ ਦੁਬਾਰਾ ਇੱਕ ਨਵੀਂ ਵੀਡੀਓ ਸ਼ੂਟ ਕਰਾਂਗੇ। ਜੇ ਜ਼ਿਆਦਾ ਬੱਚੇ ਉਦੋਂ ਤੱਕ ਹੀ ਸਾਡੇ ਕੋਲ ਜਿਹੜੀ 2 ਕਰੋੜ ਤੱਕ ਦੀ ਲਿਮਿਟ ਹੈ ਪੂਰੀ ਹੋ ਗਈ ਤਾਂ ਮੈਂ ਕਹਿ ਨਹੀਂ ਸਕਦਾ, ਬਟ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਦੀਵਾਲੀ ਤੱਕ ਵੀ ਦੇਣ ਦੀ।